ਔਰ ਜਦੋਂ ਮੈਂ ਇਹ ਸ਼ਹੀਦਾਂ ਦੇ ਬੱਚਿਆਂ ਨੂੰ ਜਿਹੜਾ ਪੜਾਉਣ ਦਾ ਪ੍ਰਾਲਾ ਕੀਤਾ ਬਿਲਕੁਲ ਝੂਠੇ ਕੇਸਾਂ 'ਚ ਮੈਨੂੰ ਫਸਾ ਕੇ ਮੇਰੀ ਹਰਾਸਮੈਂਟ ਕੀਤੀ ਗਈ 1992 ਤੋਂ ਲੈ ਕੇ 1996 ਤੱਕ ਮੈਨੂੰ ਸੰਗਰੂਰ ਜੇਲ੍ਹ ਵਿੱਚ ਬੰਦ ਰੱਖਿਆ ਜਾਂਦਾ ਹੈਗਾ ਮੇਰੇ ਤੇ ਬਹੁਤ ਝੂਠੇ ਕੇਸ ਜਿਹੜੇ ਹੈਗੇ ਉਹ ਪਾ ਦਿੱਤੇ ਜਾਂਦੇ ਹੈਗੇ ਮੇਰੇ ਕੋਈ ਰਿਸ਼ਤੇਦਾਰ ਤਾਂ ਮੇਰੇ ਨਾਲ ਬੇਹੱਦ ਨਾਰਾਜ਼ ਹੋਏ ਜਿਹੜੇ ਕੀ ਹੁਣ ਤੱਕ ਵੀ ਉਹ ਨਾਰਾਜ਼ ਚੱਲ ਰਹੇ ਨੇਗੇ ਔਰ ਮੇਰੇ ਮਾਤਾ ਪਿਤਾ ਸੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈਗਾ ਵਾ ਜਿਹੜੀ ਗਿਣਤੀ ਉਹ 250 ਦੇ ਕਰੀਬ ਹੈਗੀ ਆ ਔਰ ਹੁਣ ਤੱਕ ਮੈਂ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀਆਂ ਹੈਗੀਆਂ ਨੇ ਇੱਥੋਂ ਦੀ ਇਹ ਬੱਚੇ ਬੱਚੀਆਂ ਨੂੰ ਮੈਂ ਪੜਾ ਚੁੱਕੀ ਹੈਗੀ ਆ ਸਰਕਾਰਾਂ ਨੇ ਸਾਨੂੰ ਸਹਿਯੋਗ ਤਾਂ ਕੀ ਦੇਣਾ ਹੈਗਾ ਵਾ ਉਲਟਾ ਜਿਹੜਾ ਹੁਣ ਤੱਕ ਜਿਹੜਾ ਹੈਗਾ ਵਾ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਵਿੱਚੋਂ ਸਾਨੂੰ ਲੰਘਣਾ ਪੈਂਦਾ ਹੈਗਾ ਵਾ ਮੈਂ ਜੋ ਵੀ ਘਟਨਾ ਵੇਖੀ ਆ ਕਿ ਜੂਨ ਮਹੀਨੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਤੇ ਮੌਕੇ ਦੀ ਹਕੂਮਤ ਵੱਲੋਂ ਜਿਹੜਾ ਹੈਗਾ ਵਾ ਬਲੂ ਸਟਾਰ ਆਪਰੇਸ਼ਨ ਕੀਤਾ ਜਾਂਦਾ ਏ ਫੌਜਾਂ ਚੜ੍ਹ ਕੇ ਆਉਂਦੀਆਂ ਨਿਗੀਆਂ ਤੋਪਾਂ ਟੈਂਕਾਂ ਗੋਲਿਆਂ ਦੇ ਨਾਲ ਜਿਹੜਾ ਹੈਗਾ ਵਾ ਸਾਡਾ ਅਕਾਲ ਤਖਤ ਸਾਹਿਬ ਜਿਹੜਾ ਉਹ ਟਹਿਟੇੜੀ ਕਰ ਦਿੱਤਾ ਜਾਂਦਾ ਏ ਉਹ ਅਸਰ ਜਿਹੜਾ ਹੈਗਾ ਵਾ ਉਹ ਨਿਰੇਤੇ ਵੀ ਹੋਇਆ ਔਰ ਨਵੰਬਰ 1984 ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਕੀਤਾ ਜਾਂਦਾ ਏ ਔਰ ਫਿਰ ਦਿੱਲੀ ਦੇ ਵਿੱਚ ਤਿੰਨ ਦਿਨ ਜਿਹੜਾ ਹੈਗਾ ਵਾ ਇਹ ਸਿੱਖਾਂ ਨੂੰ ਜਿਹੜਾ ਹੈਗਾ ਮਾਰਿਆ ਜਾਂਦਾ ਏ ਲਤਾੜਿਆ ਜਾਂਦਾ ਹੈਗਾ ਵਾ ਉਹਨਾਂ ਦੇ ਗਲਾਂ ਵਿੱਚ ਟੇਰ ਪਾ ਪਾ ਕੇ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਿਰ ਸਿੱਖਾਂ ਨੂੰ ਜਿਹੜਾ ਹੈਗਾ ਉਹ ਨਿਸ਼ਾਨਾ ਬਣਾਇਆ ਜਾਂਦਾ ਏ ਉਸ ਤੋਂ ਬਾਅਦ ਮੈਂ ਭਾਈ ਵੀਰ ਸਿੰਘ ਉਹਨਾਂ ਦਾ ਸਾਹਿਤ ਜਿਹੜਾ ਹੈਗਾ ਵਾ ਉਹ ਪੜ੍ਹਨਾ ਸ਼ੁਰੂ ਕੀਤਾ ਜਦੋਂ ਵੀ ਆਪਾਂ ਕੋਈ ਸੰਘਰਸ਼ ਲੜਦੇ ਹੈਗੇ ਆ ਆਪਣੇ ਕੌਮ ਦੇ ਲਈ ਸੰਘਰਸ਼ ਲੜਦੇ ਆ ਤੇ ਮੌਕੇ ਦੀਆਂ ਹਕੂਮਤਾਂ ਸਾਨੂੰ ਅੱਤਵਾਦੀ ਵੀ ਕਹਿਣਗੀਆਂ ਵੱਖ-ਵੱਖ ਵੱਖਵਾਦੀ ਵੀ ਕਹਿਣਗੀਆਂ ਤੇ ਕਈ ਤਰ੍ਹਾਂ ਦੇ ਤਸ਼ੱਦਦ ਵਿੱਚੋਂ ਵੀ ਡੰਗਣਾ ਪਏਗਾ ਜੇਲ੍ਹਾਂ ਥਾਣੇ ਇਹ ਸਾਰਾ ਕੁਝ ਜ਼ਿੰਦਗੀ ਦਾ ਹਿੱਸਾ ਹੋਏਗਾ ਇਸ ਬਾਰੇ ਮੈਨੂੰ ਪੂਰੀ ਜਾਣਕਾਰੀ ਸੀ ਇਹ ਰਿਤੇ 2225 ਜਿਹੜੇ ਕੇਸ ਹੈਗੇ ਆ ਉਹ ਵੱਖ-ਵੱਖ ਥਾਣਿਆਂ ਦੇ ਜਿਹੜੇ ਹੈਗੇ ਬਿਲਕੁਲ ਝੂਠੇ ਜਿਹੜੇ ਕੇਸ ਹੈਗੇ ਆ ਤੁਸੀਂ ਪੰਜੀ ਉਹਨਾਂ ਕੇਸਾਂ ਵਿੱਚ ਕੀ ਆ ਬਿਲਕੁਲ ਉਹਦੋਂ ਟਾਡਾ ਐਕਟ ਹੁੰਦਾ ਸੀ ਜਿਹੜਾ ਕਿ ਇੱਕ ਖਾੜਕੂ ਸਿੰਘਾਂ ਦੇ ਉੱਤੇ ਸਪੈਸ਼ਲ ਕਾਨੂੰਨ ਬਣਾਇਆ ਗਿਆ ਸੀ ਜਿਹਨੂੰ ਟਾਡਾ ਕਾਨੂੰਨ ਕਹਿੰਦੇ ਸਨ ਟਾਡਾ ਕਾਨੂੰਨ ਦੇ ਤਹਿਤ ਜਿਹੜੀ ਆ ਹਰ ਇੱਕ ਧਾਰਾ ਜਿਹੜੀ ਹੈਗੀ ਉਹ ਮੇਰੇ ਤੇ ਲਗਾਈ ਗਈ ਸੀਗੀ ਜੂਨ 1984 ਦੇ ਕੱਟੜਾ ਕ੍ਰਮ ਤੋਂ ਬਾਅਦ ਇੱਕ 12 ਸਾਲਾਂ ਦੀ ਲੜਕੀ ਦੇ ਮਨ ਦੇ ਵਿੱਚ ਇੱਕ ਖਿਆਲ ਹੁੰਦਾ ਹੈ ਕਿ ਜੋ ਵੀ ਇਸ ਸਮੇਂ ਜੋ ਸਿੰਘ ਸ਼ਹੀਦ ਹੋਏ ਹਨ ਜਿਨ੍ਹਾਂ ਦਾ ਨਜ਼ਾਇਜ਼ ਕਤਲਿਆਮ ਹੋਇਆ ਹੈ ਉਹਨਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾਵੇਗਾ ਉਹਨਾਂ ਨੂੰ ਫ੍ਰੀ ਸਿੱਖਿਆ ਮੁਹੱਈਆ ਕਰਵਾਈ ਜਾਏਗੀ ਸੋ ਭੈਣ ਜੀ ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਮੈਂਨੂੰ ਸਵਾਗਤ ਹੈ ਪੰਜਾਬੀ ਨੈਸ਼ਨਲ ਟੀਵੀ 'ਚ ਅ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਨੈਸ਼ਨਲ ਟੀਵੀ ਦਾ ਜੋ ਤੁਸੀਂ ਇੱਥੇ ਆਏ ਜੀ ਔਰ ਮੇਰੀ ਗੱਲ ਜਿਹੜੀ ਹੈਗੀ ਉਹ ਲੋਕਾਂ ਤੱਕ ਪਹੁੰਚਾਉਣ ਦਾ ਤਾਂ ਹਈਆ ਕੀਤਾ ਜੀ। ਭੰਜੀ ਇੰਨੀ ਛੋਟੀ ਉਮਰ 12 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਤਾਂ ਖੇਡ ਜਾਂ ਚਾਕਲੇਟਸ ਜਾਂ ਗੇਮਾਂ ਦੇ ਨਾਲ ਜਿਹੜਾ ਉਹਨਾਂ ਦਾ ਸ਼ੌਂਕ ਹੁੰਦਾ ਤੇ ਤੁਹਾਡੀ ਏਡੀ ਛੋਟੀ ਉਮਰ ਦੇ ਵਿੱਚ ਤੁਸੀਂ ਏਡਾ ਵੱਡਾ ਜਿਹੜਾ ਡਿਸੀਜਨ ਲੈ ਲਿਆ ਆਪਣੀ ਲਾਈਫ ਦੇ ਵਿੱਚ। ਹਾਂ ਬਿਲਕੁਲ ਜੀ ਜਦੋਂ ਬੱਚਾ ਵੱਡਾ ਹੁੰਦਾ ਤੇ ਉਹਦੇ ਚਾਰਛਫੇਰੇ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦਾ ਅਸਰ ਜ਼ਰੂਰ ਹੁੰਦਾ ਹੈਗਾ ਵਾ ਔਰ ਉਹ ਅਸਰ ਜਿਹੜਾ ਹੈਗਾ ਵਾ ਉਹ ਮੇਰੇ ਤੇ ਵੀ ਹੋਇਆ ਔਰ ਮੈਂ ਜੋ ਵੀ ਘਟਨਾ ਵੇਖੀ ਆ ਕਿ ਜੂਨ ਮਹੀਨੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਤੇ ਮੌਕੇ ਦੀ ਹਕੂਮਤ ਵੱਲੋਂ ਜਿਹੜਾ ਹੈਗਾ ਵਾ ਬਲੂ ਸਟਾਰ ਆਪਰੇਸ਼ਨ ਕੀਤਾ ਜਾਂਦਾ ਏ ਫੌਜਾਂ ਚੜ੍ਹ ਕੇ ਆਉਂਦੀਆਂ ਨਿਗੀਆਂ ਤੋਪਾਂ ਟੈਂਕਾਂ ਗੋਲਿਆਂ ਦੇ ਨਾਲ ਜਿਹੜਾ ਹੈਗਾ ਵਾ ਸਾਡਾ ਅਕਾਲ ਤਖਤ ਸਾਹਿਬ ਜਿਹੜਾ ਉਹ ਟਹਿ ਢੇਰੀ ਕਰ ਦਿੱਤਾ ਜਾਂਦਾ ਏ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈਗੀ ਉੱਥੇ ਸੰਗਤ ਜਿਹੜੀ ਗੁਰਪ੍ਰਭੂ ਦੇ ਉੱਤੇ ਦਰਸ਼ਨ ਮੇਲੇ ਕਰਨ ਆਈ ਸੀ ਉਹਨਾਂ ਨੂੰ ਉਹਨਾਂ ਗੋਲੀਆਂ ਦੇ ਨਾਲ ਭੁੰਨ ਦਿੱਤਾ ਜਾਂਦਾ ਹੈਗਾ ਵਾ ਜਿਹੜੇ ਉੱਥੇ ਭੋਰੇ ਬਣੇ ਸੀ ਕੁਝ ਸੰਗਤ ਜਿਹੜੀ ਸੀ ਭੋਰੀਆਂ ਦੇ ਵਿੱਚ ਲੁੱਕ ਗਈ ਜਾਂ ਕਮਰਿਆਂ ਦੇ ਵਿੱਚ ਲੁੱਕ ਗਈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਰਚਾਂ ਦੀਆਂ ਪੋਟਲੀਆਂ ਬਣਾ ਬਣਾ ਕੇ ਉਹਨਾਂ ਨੂੰ ਅੱਗ ਲਗਾ ਲਗਾ ਕੇ ਜਿਹੜੀਆਂ ਉਹਨਾਂ ਭੋਰੀਆਂ ਦੇ ਵਿੱਚ ਸੁੱਟ ਕੇ ਉਹਨਾਂ ਸੰਗਤਾਂ ਨੂੰ ਭੋਰੀਆਂ ਚੋਂ ਬਾਹਰ ਕੱਢ ਕੱਢ ਕੇ ਗਰੁੱਪਾਂ ਦੇ ਵਿੱਚ ਉਹਨਾਂ ਦੇ ਉੱਤੇ ਗੋਲਾਬਾਰੀ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਏ ਔਰ ਜਿਹੜੀਆਂ ਸਰਾਵਾਂ ਹਨ ਜਿੱਥੇ ਸੰਗਤ ਰਹਿੰਦੀ ਸੀ ਜਾਂ ਹੋਰ ਮੰਜੀ ਹਾਲ ਸੀ ਦੀਵਾਨ ਹਾਲ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਵਾ ਉਹ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਏ ਸਾਡੀ ਜਿਹੜੀ ਲਾਇਬ੍ਰੇਰੀ ਹੈਗੀ ਆ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੋਸ਼ੇਖਾਨੇ ਦੇ ਵਿੱਚੋਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਜਿਹੜੀਆਂ ਨਿਗੀਆਂ ਉਹ ਚੁੱਕ ਕੇ ਮੌਕੇ ਦੀ ਹਕੀਮਤ ਹਕੂਮਤ ਜਿਹੜੀ ਆ ਉਹ ਦਿੱਲੀ ਲੈ ਜਾਂਦੀ ਆ ਇਹਨਾਂ ਘਟਨਾਵਾਂ ਨੇ ਮੇਰੇ ਮਨ ਦੇ ਉੱਤੇ ਬਹੁਤ ਗਹਿਰਾ ਅਸਰ ਕੀਤਾ ਔਰ ਮੇਰੀ ਜ਼ਿੰਦਗੀ ਜਿਹੜੀ ਉਹ ਬਦਲ ਕੇ ਰੱਖ ਦਿੱਤੀ ਤਾਂ ਭੰਜੀ ਉਸ ਸਮੇਂ ਜਿਹੜਾ মিডিਆ ਤਾਂ ਨਾ ਯੋਗ ਨਹੀਂ ਸੀ ਹੈਗਾ ਨਾ ਔਰ ਉਹ ਸੋਸ਼ਲ ਮੀਡੀਆ ਸੀ ਤੇ ਤੁਹਾਡੇ ਦੁਆਰਾ ਗੱਲਾਂ ਜਿਹੜੀਆਂ ਨੇ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਜਾਂ ਤੁਹਾਨੂੰ ਰੁਟੀਨ ਦੇ ਵਿੱਚ ਜਿਸ ਤਰ੍ਹਾਂ ਅਸੀਂ ਗੱਲਾਂ ਸੁਣਦੇ ਹਾਂ ਉਸ ਤਰ੍ਹਾਂ ਸੁਣਨ ਮਿਲੀਆਂ ਅ ਬਿਲਕੁਲ ਜੀ ਉਸ ਟਾਈਮ ਮੀਡੀਆ ਦਾ ਯੁੱਗ ਨਹੀਂ ਸੀ ਇਲੈਕਟ੍ਰੋਨਿਕ ਮੀਡੀਆ ਘੱਟ ਸੀ ਪਰ ਜੇ ਡੀਓ ਜਿਹੜਾ ਸੀਗਾ ਉਸ ਦੇ ਉੱਤੇ ਖਬਰਾਂ ਆ ਰਹੀਆਂ ਸੀ ਜਲੰਧਰ ਆਕਾਸ਼ਵਾਣੀ ਤੋਂ ਵੀ ਖਬਰਾਂ ਆ ਰਹੀਆਂ ਸੀਗੀਆਂ ਔਰ ਬੀਬੀਸੀ ਲੰਡਨ ਜਿਹੜਾ ਸੀਗਾ ਉਸ ਦੇ ਉੱਤੇ ਲੋਕ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਸੀ ਉਹਨਾਂ ਦੀ ਖਬਰ ਦੇ ਉੱਤੇ ਔਰ ਰੇਡੀਓ ਦੇ ਉੱਤੇ ਉਹ ਖਬਰਾਂ ਸੁਣੀਆਂ ਜਾਂਦੀਆਂ ਸੀਗੀਆਂ ਔਰ ਉਸ ਤੋਂ ਬਾਅਦ ਸਾਡੇ ਪਿੰਡ ਵਿੱਚ ਜਿਹੜਾ ਹੈਗਾ ਸਪੀਕਰ ਦੇ ਉੱਤੇ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟ ਵੀ ਹੁੰਦੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਫੌਜ ਨੇ ਹਮਲਾ ਕਰ ਦਿੱਤਾ ਏ ਔਰ ਬੂਟਾਂ ਸਮੇਤ ਜਿਹੜੀ ਫੌਜ ਹੈਗੀ ਆ ਦਰਬਾਰ ਸਾਹਿਬ ਨੂੰ ਘੇਰ ਕੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਗਈ ਆ ਔਰ ਇਸ ਤਰੀਕੇ ਦੇ ਨਾਲ ਜਿਹੜੀਆਂ ਵੀ ਖਬਰਾਂ ਸਨ ਉਹ ਸਾਰੀਆਂ ਸਾਡੇ ਤੱਕ ਪਹੁੰਚ ਰਹੀਆਂ ਸਨ ਤਪਨ ਜੀ ਜਦੋਂ ਤੁਹਾਨੂੰ ਇਹ ਸਭ ਪਤਾ ਲੱਗਾ ਤਾਂ ਤੁਹਾਡੀ ਉਮਰ 12 ਸਾਲ ਸੀ ਉਸ ਤੋਂ ਬਾਅਦ ਫਿਰ ਤੁਸੀਂ ਅੱਗੇ ਅਗਲਾ ਸਟੈਪ ਕੀ ਲਿਆ ਅ ਬਿਲਕੁਲ ਜੀ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਜੋ ਵੀ ਲਾਗੇ ਚਾਗੇ ਜੋ ਵੀ ਘਟਨਾਵਾਂ ਵਾਪਰਦੀਆਂ ਸਨ ਮੈਂ ਬਹੁਤ ਗੌਰ ਦੇ ਨਾਲ ਉਹਨਾਂ ਨੂੰ ਦੇਖਦੀ ਸੀ ਔਰ ਉਸ ਤੋਂ ਬਾਅਦ ਮੈਂ ਭਾਈ ਵੀਰ ਸਿੰਘ ਉਹਨਾਂ ਦਾ ਸਾਹਿਤ ਜਿਹੜਾ ਹੈਗਾ ਵਾ ਉਹ ਪੜ੍ਹਨਾ ਸ਼ੁਰੂ ਕੀਤਾ ਇੱਕ ਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ ਮੈਨੂੰ ਇਸ ਬਾਰੇ ਜਾਣਕਾਰੀ ਮਿਲੀ ਔਰ ਨਵੰਬਰ 1984 ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਕੀਤਾ ਜਾਂਦਾ ਹੈ ਔਰ ਫਿਰ ਦਿੱਲੀ ਦੇ ਵਿੱਚ ਤਿੰਨ ਦਿਨ ਜਿਹੜਾ ਹੈਗਾ ਵਾ ਫਿਰ ਸਿੱਖਾਂ ਨੂੰ ਜਿਹੜਾ ਹੈਗਾ ਮਾਰਿਆ ਜਾਂਦਾ ਹੈ ਲਤਾੜਿਆ ਜਾਂਦਾ ਹੈਗਾ ਵਾ ਉਹਨਾਂ ਦੇ ਗਲਾਂ ਵਿੱਚ ਟੇਰ ਪਾ પા ਕੇ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਿਰ ਸਿੱਖਾਂ ਨੂੰ ਜਿਹੜਾ ਹੈਗਾ ਉਹ ਨਿਸ਼ਾਨਾ ਬਣਾਇਆ ਜਾਂਦਾ ਏ ਇਸ ਘਟਨਾ ਨੇ ਵੀ ਮੈਨੂੰ ਬਹੁਤ ਤੌਰ ਅੰਦਰ ਤੱਕ ਜਿਹੜਾ ਬਲੁੰਦਰ ਕੇ ਰੱਖ ਦਿੱਤਾ ਤਾਂ ਪੰਜ ਜੀ ਜਦੋਂ ਫਿਰ ਇਹ ਸਾਰਾ ਕੁਝ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਪਰਦਾ ਤਾਂ ਉਸ ਤੋਂ ਬਾਅਦ ਵਿੱਚ ਜਿਹੜਾ ਤੁਸੀਂ ਜੇਸ ਇੰਸਟੀਚਿਊਟ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਇਸ ਇੰਸਟੀਚਿਊਟ ਦੀ ਸ਼ੁਰੂਆਤ ਕਰੋ ਹੁੰਦੀ ਹੈ ਅ ਇਸ ਇੰਸਟੀਚਿਊਟ ਦੀ ਜਿਹੜੀ ਸ਼ੁਰੂਆਤ ਹੈ ਬੱਚਿਆਂ ਨੂੰ ਜਿਹੜਾ ਸ਼ਹੀਦਾਂ ਦੇ ਬੱਚਿਆਂ ਨੂੰ ਸਾਂਭ ਸੰਭਾਲ ਦਾ ਜਿਹੜਾ ਹੈਗਾ ਵਾ ਉਹ ਸੰਸਲਾ ਜਿਹੜਾ ਹੈਗਾ 1996 ਦੇ ਵਿੱਚ ਜਿਹੜਾ ਹੈਗਾ ਵਾ ਉਹ ਸ਼ੁਰੂ ਹੁੰਦਾ ਹੈਗਾ ਵਾ ਕਿਉਂਕਿ ਫਿਰ 1992 ਤੋਂ ਲੈ ਕੇ 1996 ਤੱਕ ਮੈਨੂੰ ਸੰਗਰੂਰ ਜੇਲ੍ਹ ਵਿੱਚ ਬੰਦ ਰੱਖਿਆ ਜਾਂਦਾ ਹੈਗਾ ਮੇਰੇ ਤੇ ਬਹੁਤ ਝੂਠੇ ਕੇਸ ਜਿਹੜੇ ਹੈਗੇ ਉਹ ਪਾ ਦਿੱਤੇ ਜਾਂਦੇ ਹੈਗੇ ਆ ਜੀ ਇਹਦਾ ਕੀ ਕਾਰਨ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਉੱਤੇ ਝੂਠੇ ਕੇਸ ਪਾਏ ਜਾਂਦੇ ਇਹਦਾ ਕੀ ਕਾਰਨ ਸੀ ਕਿਉਂਕਿ 19 ਮਾਰਚ 1999 ਨੂੰ ਜਿਹੜਾ ਮੇਰਾ ਆਨੰਦ ਕਾਰਜ ਹੈਗਾ ਵਾ ਬੱਬਰ ਖਾਲਸਾ ਦੇ ਸਰਗਰਮ ਵਰਕਰ ਸਰਦਾਰ ਧਰਮ ਸਿੰਘ ਕਾਸ਼ਤੀਵਾਲ ਹੁਣਾਂ ਦੇ ਨਾਲ ਹੁੰਦਾ ਹੈ ਜਿਹੜਾ ਕਿ ਮੇਰਾ ਖੁਦ ਦਾ ਫੈਸਲਾ ਸੀਗਾ ਔਰ ਉਸ ਤੋਂ ਬਾਅਦ ਭੈਣ ਜੀ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਨੂੰ ਪਤਾ ਸੀ ਕਿ ਜੇਕਰ ਤੁਸੀਂ ਉਹਨਾਂ ਨਾਲ ਆਨੰਦ ਕਾਰਜ ਕਰਵਾਉਂਦੇ ਹੋ ਤਾਂ ਤੁਹਾਨੂੰ ਕੋਈ ਮੁਸ਼ਕਲ ਆ ਸਕਦੀ ਹੈ ਤੁਹਾਨੂੰ ਪੁਲਿਸ ਅਰੈਸਟ ਕਰ ਸਕਦੀ ਹੈ ਅ ਬਿਲਕੁਲ ਜੀ ਇਹ ਸਾਰੀਆਂ ਗੱਲਾਂ ਦਾ ਮੈਨੂੰ ਪਤਾ ਸੀਗਾ ਕਿ ਜਦੋਂ ਵੀ ਆਪਾਂ ਕੋਈ ਸੰਘਰਸ਼ ਲੜਦੇ ਹੈਗੇ ਆ ਆਪਣੇ ਕੌਮ ਦੇ ਲਈ ਸੰਘਰਸ਼ ਲੜਦੇ ਆ ਤੇ ਮੌਕੇ ਦੀਆਂ ਹਕੂਮਤਾਂ ਸਾਨੂੰ ਅਤਵੱਦੀ ਵੀ ਕਹਿਣਗੀਆਂ ਵੱਖ-ਵੱਖ ਵਾਦੀ ਵੀ ਕਹਿਣਗੀਆਂ ਤੇ ਕਈ ਤਰ੍ਹਾਂ ਦੇ ਤਸ਼ੱਦਦ ਵਿੱਚੋਂ ਵੀ ਡੰਗਣਾ ਪਏਗਾ ਜੇਲ੍ਹਾਂ ਥਾਣੇ ਇਹ ਸਾਰਾ ਕੁਝ ਜ਼ਿੰਦਗੀ ਦਾ ਹਿੱਸਾ ਹੋਏਗਾ ਇਸ ਬਾਰੇ ਮੈਨੂੰ ਪੂਰੀ ਜਾਣਕਾਰੀ ਸੀਗੀ ਤਾਂ ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਜੇਲ੍ਹ ਵੀ ਕੱਟਣੀ ਪਈ हां बिल्कुल जी मेरे ते 22 25 ਜਿਹੜੇ ਕੇਸ ਹੈਗੇ ਆ ਉਹ ਵੱਖ-ਵੱਖ ਥਾਣਿਆਂ ਦੇ ਜਿਹੜੇ ਹੈਗੇ ਬਿਲਕੁਲ ਝੂਠੇ ਜਿਹੜੇ ਕੇਸ ਹੈਗੇ ਆ ਤੁਸੀਂ ਪੰਜੀ ਉਹਨਾਂ ਕੇਸਾਂ ਵਿੱਚ ਕੀ ਸੀ ਬਿਲਕੁਲ ਉਦੋਂ ਟਾਡਾ ਐਕਟ ਹੁੰਦਾ ਸੀ ਜਿਹੜਾ ਕਿ ਇੱਕ ਖਾੜਕੂ ਸਿੰਘਾਂ ਦੇ ਉੱਤੇ ਸਪੈਸ਼ਲ ਕਾਨੂੰਨ ਬਣਾਇਆ ਗਿਆ ਸੀ ਜਿਹਨੂੰ ਟਾਡਾ ਕਾਨੂੰਨ ਕਹਿੰਦੇ ਸਨ ਟਾਡਾ ਕਾਨੂੰਨ ਦੇ ਤਹਿਤ ਜਿਹੜੀ ਆ ਹਰ ਇੱਕ ਧਾਰਾ ਜਿਹੜੀ ਹੈਗੀ ਉਹ ਮੇਰੇ ਤੇ ਲਗਾਈ ਗਈ ਸੀਗੀ ਔਰ ਮੇਰੇ ਤੇ ਜਿਹੜਾ ਹੈਗਾ ਕਿ ਇਹ ਸਪਾਏਗੇ ਔਰ ਮੈਨੂੰ ਸਾਲਾਂ ਬੱਧੀ ਜਿਹੜਾ ਹੈਗਾ ਵਾ ਕੋਰਟ ਦੀਆਂ ਹਰਾਸਮੈਂਟਾਂ ਦਾ ਜਿਹੜਾ ਹੈਗਾ ਉਹ ਸਾਹਮਣਾ ਕਰਨਾ ਪਿਆ ਅੱਜ ਦੀਆਂ ਕੋਟਾਂ ਹੋਰ ਨਿਗੀਆਂ ਜਿਹੜੀਆਂ ਕੋਟਾਂ ਅਸੀਂ ਦੇਖੀਆਂ ਨੇ ਮੈਂ ਦੇਖੀਆਂ ਨਿਗੀਆਂ ਉਦੋਂ ਹਾਲਤ ਇਹ ਹੁੰਦੀ ਸੀ ਕਿ ਕਿਸੇ ਕੋਰਟ ਦੇ ਵਿੱਚ ਬਹਿਣ ਲਈ ਤੇ ਇੱਕ ਪਾਸੇ ਖਲੋਣ ਲਈ ਵੀ ਜਗ੍ਹਾ ਨਹੀਂ ਸੀ ਹੁੰਦੀ ਬਹੁਤ ਛੋਟੀਆਂ-ਛੋਟੀਆਂ ਕੋਰਟਾਂ ਹੁੰਦੀਆਂ ਸੀਗੀਆਂ ਤੇ ਬੜੀ ਮੁਸ਼ਕਲ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਹੈਗਾ ਵਾ ਆ ਜਾਣ ਬੁੱਝ ਕੇ ਜਿਹੜੇ ਜੱਜ ਸੀਗੇ ਟਾਡਾ ਦੇ ਕੇਸਾਂ ਦੇ ਵਿੱਚ ਤਰੀਕਾ ਨਹੀਂ ਸੀ ਪਾਉਂਦੇ ਹੈਗੇ ਸ਼ਾਮ ਨੂੰ ਜਾ ਕੇ ਲਾਸਟ ਸਾਨੂੰ ਤਰੀਕ ਦਿੱਤੀ ਜਾਂਦੀ ਸੀਗੀ ਸਵੇਰੇ 10 ਵਜੇ ਨਾਲ ਕੋਰਟ ਦੇ ਵਿੱਚ ਹਾਜ਼ਰੀ ਹੁੰਦੀ ਸੀ ਔਰ ਸਾਲਾਂ ਬੱਧੀ ਜਿਹੜਾ ਹੈਗਾ ਵਾ ਮੈਨੂੰ ਕੋਟਾਂ ਦਾ ਜਿਹੜਾ ਉਹ ਹਰਾਸਮੈਂਟ ਦਾ ਜਿਹੜਾ ਸਾਹਮਣਾ ਕਰਨਾ ਪਿਆ ਪਰ ਉਹ ਸਾਰੇ ਝੂਠੇ ਕੇਸ ਸੀਗੇ ਅਖੀਰ ਦੇ ਉੱਤੇ ਹੌਲੀ-ਹੌਲੀ ਉਹ ਜਿਹੜੇ ਸਾਰੇ ਕੇਸ ਜਿਹੜੇ ਮੇਰੇ ਬਰੀ ਹੋ ਗਏ ਤਾਂ ਪਤਨ ਜੀ ਕਿਸੇ ਵੀ ਕੇਸ ਦੇ ਵਿੱਚ ਜਿਹੜਾ ਤੁਸੀਂ ਉਹ ਦੋਸ਼ੀ ਨਹੀਂ ਪਾਏਗੇ ਬਿਲਕੁਲ ਜੀ ਝੂਠੇ ਹੀ ਕੇਸ ਸੀਗੀ ਮੇਰੇ ਕੋਲ ਕੋਈ ਰਿਕਵਰੀ ਨਹੀਂ ਸੀ ਹੋਈ ਕੋਈ ਮੇਰੇ ਕੋ ਗੈਰ ਕਾਨੂੰਨੀ ਚੀਜ਼ ਨਹੀਂ ਸੀ ਫੜੀ ਗਈ ਨਾ ਹੀ ਮੈਂ ਇਹੋ ਜੇ ਕਿਸੇ ਵੀ ਕੇਸ ਵਿੱਚ ਇਨਵੋਲਵ ਸੀਗੀ ਕਿ ਜਿਹੜਾ ਮੇਰੇ ਤੇ ਉਹ ਚੱਲਦਾ ਕੋਈ ਮੇਰੇ ਖਿਲਾਫ ਅਗਵਾਈ ਨਹੀਂ ਸੀ ਬਿਲਕੁਲ ਝੂਠੇ ਕੇਸਾਂ 'ਚ ਮੈਨੂੰ ਫਸਾ ਕੇ ਮੇਰੀ ਹਰਾਸਮੈਂਟ ਕੀਤੀ ਗਈ ਔਰ ਜਦੋਂ ਮੈਂ ਇਹ ਸ਼ਹੀਦਾਂ ਦੇ ਬੱਚਿਆਂ ਨੂੰ ਜਿਹੜਾ ਪੜਾਉਣ ਦਾ ਪ੍ਰਾਲਾ ਕੀਤਾ ਔਰ ਉਸ ਤੋਂ ਬਾਅਦ ਵੀ ਇਸ ਚੀਜ਼ ਨਾਲੋਂ ਤੋੜਨ ਦੇ ਲਈ ਮੌਕੇ ਦੀ ਹਕੂਮਤ ਨੇ ਮੈਨੂੰ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਰਿਹਾ ਔਰ ਬਹੁਤ ਝਾਰੇ ਝੂਠੇ ਸੱਚੇ ਜਿਹੜੇ ਹੈਗੇ ਮੇਰੇ ਤੇ ਜਿਹੜੇ ਝੂਠੇ ਪਰਚੇ ਮੇਰੇ ਤੇ ਦਰਜ ਕਰਕੇ ਤੇ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਵਿੱਚੋਂ ਜਿਹੜਾ ਉਹ ਲੰਗਣਾ ਪਿਆ ਭੰਜੀ ਕੀ ਤੁਸੀਂ ਮੁਕ ਕਰਨੇ ਦਾ ਕੀ ਗਿੰਦੇ ਹੋ ਕਿ ਜਿਹੜਾ ਤੁਹਾਡਾ ਭਾਈ ਧਰਮ ਸਿੰਘ ਜੀ ਉਹਨਾਂ ਨਾਲ ਤੁਹਾਡਾ ਕਾਰਜਕਾਰ ਜਿਹੜਾ ਹੋਇਆ ਉਹਨੂੰ ਮੁਕ ਕਰਨ ਗਿੰਦੇ ਹੋ ਜਾਂ ਵੈਸੇ ਤੋਂ ਹੀ ਐਕਟਿਵ ਸੀ ਇਸ ਕਰਕੇ ਅ ਬਿਲਕੁਲ ਜੀ ਜਦੋਂ ਅਸੀਂ ਮੌਕੇ ਦੀ ਹਕੂਮਤਾਂ ਦੇ ਖਿਲਾਫ ਬਗਾਵਤ ਕਰਾਂਗੇ ਤਾਂ ਫਿਰ ਇਹ ਸਾਰਾ ਕੁਝ ਤਾਂ ਜ਼ਿੰਦਗੀ ਦਾ ਹਿੱਸਾ ਬਣੇਗਾ ਹੀ ਔਰ ਮੈਨੂੰ ਇਹ ਸਾਰਾ ਕੁਝ ਪਤਾ ਸੀਗਾ ਕਿ ਮੇਰੀ ਜ਼ਿੰਦਗੀ ਮੈਂ ਕਿਹੜੀ ਜ਼ਿੰਦਗੀ ਦੀ ਚੋਣ ਕੀਤੀ ਹੈਗੀ ਆ ਤੇ ਮੈਨੂੰ ਕਿਹੜੀਆਂ ਚੀਜ਼ਾਂ ਵਿੱਚੋਂ ਨੰਗਣਾ ਪੈਣਾ ਹੈਗਾ ਵਾ ਔਰ ਮੈਨੂੰ ਉਹਨਾਂ ਚੀਜ਼ਾਂ ਦੇ ਵਿੱਚੋਂ ਨੰਗਣਾ ਵੀ ਪਿਆ ਜੇਲਾਂ ਵਿੱਚੋਂ ਠਾਣਿਆਂ ਦੇ ਵਿੱਚੋਂ ਕੋਟਾਂ ਦੀ ਹਰਾਸਮੈਂਟ ਵਿੱਚੋਂ ਲੰਘਣਾ ਵੀ ਪਿਆ ਔਰ ਮੇਰੇ ਗੁਰੂ ਨੇ ਸਿਰ ਤੇ ਹੱਥ ਰੱਖ ਕੇ ਮੈਨੂੰ ਹਰ ਇੱਕ ਚੀਜ਼ ਵਿੱਚੋਂ ਸਫਲ ਕਰਕੇ ਹੀ ਇੱਥੋਂ ਤੱਕ ਪਹੁੰਚਾਇਆ ਹੈ ਤਪਨ ਜੀ ਜਿਹੜੇ ਰਿਸ਼ਤੇਦਾਰ ਸੀ ਜਾਂ ਪਰਿਵਾਰਕ ਮੈਂਬਰ ਸੀ ਉਹ ਕਹਿੰਦੇ ਨਹੀਂ ਸੀ ਵੀ ਬੇਟਾ ਛੱਡੋ ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਹੈਗੀ ਉਹਨੂੰ ਜਿਓ ਹਾਂ ਬਿਲਕੁਲ ਜੀ ਜਦੋਂ ਮੈਂ ਫੇਰ ਦੁਬਾਰਾ ਇਹ ਫੈਸਲਾ ਕਰਦੀ ਹੈਗੀ ਆ ਜੇਲ੍ਹ ਵਿੱਚ ਆਉਣ ਤੋਂ ਬਾਅਦ ਕਿ ਮੈਂ ਉਹ ਸ਼ਹੀਦਾਂ ਦੇ ਬੱਚੇ ਪੜਾਉਣੇ ਨੇ ਤਾਂ ਮੇਰੇ ਕੁਝ ਰਿਸ਼ਤੇਦਾਰ ਤਾਂ ਮੇਰੇ ਨਾਲ ਬੇਹੱਦ ਨਾਰਾਜ਼ ਹੋਏ ਜਿਹੜੇ ਕਿ ਹੁਣ ਤੱਕ ਵੀ ਉਹ ਨਾਰਾਜ਼ ਚੱਲ ਰਹੇ ਨੇਗੇ ਔਰ ਮੇਰੇ ਮਾਤਾ ਪਿਤਾ ਸੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈਗਾ ਵਾ ਕੁਝ ਰਿਸ਼ਤੇਦਾਰ ਜਿਹੜੇ ਹੈਗੇ ਉਹ ਬਹੁਤ ਜ਼ਿਆਦੇ ਨਾਰਾਜ਼ ਵੀ ਹੁੰਦੇ ਰਹੇ ਭੈਣ ਭਰਾਵਾਂ ਨੂੰ ਵੀ ਕਿਉਂਕਿ ਦੁੱਖਾਂ ਤਕਲੀਫਾਂ ਦੇ ਵਿੱਚੋਂ ਲੰਘਣਾ ਪੈਂਦਾ ਹੈਗਾ ਵਾ ਔਰ ਇਹ ਸਾਰਾ ਜਿਹੜਾ ਜ਼ਿੰਦਗੀ ਦਾ ਹਿੱਸਾ ਹੀ ਨੇ ਜਦੋਂ ਤੁਸੀਂ ਕੋਈ ਸੰਘਰਸ਼ ਲੜਦੇ ਜੇ ਤਾਂ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਲੰਘਣਾ ਪੈਂਦਾ ਏ ਪੰਥ ਵਸੇ ਮੈਂ ਉਜੜਾ ਮਨ ਚਾਉਗਨੇਰਾ ਜਿਹੜਾ ਹੈਗਾ ਵਾ ਇਹ ਫਿਰ ਚੱਲਦਾ ਹੀ ਆ ਫਿਰ ਜ਼ਿੰਦਗੀ ਦੇ ਵਿੱਚ ਤਾਂ ਪੰਜੀ ਇਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੀਆਂ ਬੱਚੀਆਂ ਨੇ ਕਿੰਨੀਆਂ ਲੜਕੀਆਂ ਨੇ ਜਿਹੜੀਆਂ ਤੁਹਾਡੇ ਕੋਲ ਇਸ ਸਮੇਂ ਰਹਿ ਰੀਆਂ ਨੇ ਮੇਰੇ ਕੋਲ ਇਸ ਟਾਈਮ ਜਿਹੜੀਆਂ ਹੈਗੀਆਂ ਇਸ ਪਰਿਵਾਰ ਦੀ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਪਰਿਵਾਰ ਦੀ ਜਿਹੜੀ ਗਿਣਤੀ ਉਹ 250 ਦੇ ਕਰੀਬ ਹੈਗੀ ਆ ਔਰ ਹੁਣ ਤੱਕ ਮੈਂ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀਆਂ ਹੈਗੀਆਂ ਨੇ ਇੱਥੋਂ ਦੀ ਇਹ ਬੱਚੇ ਬੱਚੀਆਂ ਨੂੰ ਮੈਂ ਪੜਾ ਚੁੱਕੀ ਹੈਗੀਆਂ ਤਾਂ ਭੈਣ ਜੀ ਜੇਕਰ ਇਸ ਲੈਂਡ ਦੀ ਗੱਲ ਕੀਤੀ ਜਾਵੇ ਤਾਂ ਲੈਂਡ ਜਿਹੜੀ ਹੈ ਤੁਸੀਂ ਫਿਰ ਖੁਦ ਲਈਆਂ ਸੰਗਤ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਹੈ ਇੱਥੇ ਤੁਸੀਂ ਜਿਹੜੀ ਹੈ ਸਾਰੀ ਜਗ੍ਹਾ ਖਰੀਦੀ ਅ ਬਿਲਕੁਲ ਜੀ ਇਹ ਜਗਾ ਜਿਹੜੀ ਹੈਗੀ ਅਸੀਂ ਉਹ ਖਰੀਦੀ ਹੈਗੀ ਆ ਤੇ ਇਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜੀ ਸੰਸਥਾ ਜਿਹੜੀ ਹੈਗੀ ਆ ਇਹ ਅੱਗੇ ਵੱਧ ਰਹੀ ਹੈਗੀ ਆ ਤਾਂ ਭੈਣ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 250 ਦੇ ਕਰੀਬ ਇੱਥੇ ਲੜਕੀਆਂ ਨੇ ਤੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਹੈਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਫ੍ਰੀ ਹੋ ਗਈ ਫ੍ਰੀ ਐਜੂਕੇਸ਼ਨ ਦਵਾਉਂਦੇ ਹੈਗੇ ਹੋ ਅ ਬਿਲਕੁਲ ਜੀ ਸਰਕਾਰ ਦਾ ਕੰਮ ਇਸ ਸੰਸਥਾ ਜਿਹੜੀ ਕਰ ਰਹੀ ਹੈਗੀ ਆ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਵਾ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਇਸ ਦੁਨੀਆ 'ਚ ਨਹੀਂ ਰਹਿੰਦੇ ਹੈਗੇ ਉਹਨਾਂ ਬੱਚਿਆਂ ਨੂੰ ਜਾਂ ਭਰੂਣ ਹੱਤਿਆ ਤੋਂ ਬਚਾਈਆਂ ਬੱਚਿਆਂ ਨੂੰ ਜਿਹੜਾ ਹੈਗਾ ਸਰਕਾਰਾਂ ਨੇ ਸੰਭਾਲਣਾ ਹੁੰਦਾ ਹੈਗਾ ਵਾ ਲੇਕਿਨ ਸਰਕਾਰਾਂ ਨੇ ਸਾਨੂੰ ਸਹਿਯੋਗ ਤਾਂ ਕੀ ਦੇਣਾ ਹੈਗਾ ਵਾ ਉਲਟਾ ਜਿਹੜਾ ਹੁਣ ਤੱਕ ਜਿਹੜਾ ਹੈਗਾ ਵਾ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਵਿੱਚੋਂ ਸਾਨੂੰ ਲੰਘਣਾ ਪੈਂਦਾ ਹੈਗਾ ਵਾ ਪਰ ਫਿਰ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਸੰਗਤਾਂ ਦਾ ਜਿਹੜੀਆਂ ਇਹ ਸਹਯੋਗ ਦੇ ਰਹੀਆਂ ਨੇ ਔਰ ਇਹ ਬੱਚੀਆਂ ਜਿਹੜੀਆਂ ਨੇ ਆਪਣੀ ਮੰਜ਼ਲ ਵੱਲ ਵੱਧ ਰਹੀਆਂ ਨੇ ਜੀਆਂ। ਜੀ ਜਿਸ ਤਰ੍ਹਾਂ ਮੈਂ ਦੇਖ ਪਾ ਰਿਹਾ ਤੁਹਾਡੇ ਆਫਿਸ ਦੇ ਵਿੱਚ ਕਾਫੀ ਫੋਟੋਗ੍ਰਾਫਸ ਜੀ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਹੋਂ ਤੱਕ ਕਿਹੜੇ ਕਿਹੜੇ ਅਵਾਰਡ ਮਿਲ ਚੁੱਕੇ ਤੁਹਾਨੂੰ? ਹ ਹੁਣ ਤੱਕ ਮੈਨੂੰ ਇੱਕ ਬੀਬੀਸੀ ਵੱਲੋਂ ਮੋਸਟ ਬੀਬੀਸੀ ਵੱਲੋਂ ਜਿਹੜਾ ਹੈਗਾ ਵਾ 100 ਲੇਡੀ ਦੀ ਜਿਹੜੀ ਚੋਣ ਕੀਤੀ ਗਈ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਮੇਰਾ ਨਾਮ ਦਰਜ ਕੀਤਾ ਹੈਗਾ ਵਾ ਉਸ ਤੋਂ ਇਲਾਵਾ ਇੰਡੀਆ ਟੂਡੇ ਗਰੁੱਪ ਵੱਲੋਂ ਮੋਸਟ ਇਨਸਪੀਰੇਸ਼ਨ ਲੇਡੀਜ਼ ਦਾ ਅਵਾਰਡ ਮੈਨੂੰ ਦਿੱਤਾ ਗਿਆ ਹੈਗਾ ਵਾ ਪੀਟੀਸੀ ਵੱਲੋਂ ਜਿਹੜਾ ਹੈਗਾ ਸਿਰਜਣਹਾਰੀ ਅਵਾਰਡ ਜਿਹੜਾ ਹੈਗਾ ਵਾ ਉਹਦੇ ਨਾਲ ਮੈਨੂੰ ਸਨਮਾਨਿਤ ਕੀਤਾ ਗਿਆ ਹੈਗਾ ਵਾ ਹੁਣ ਪਿਛਲੇ ਮਹੀਨੇ ਮੈਨੂੰ ਜਿਹੜਾ ਹੈਗਾ ਵਾ ਸਿੱਖ ਅਚੀਵਰ ਅਵਾਰਡ ਜਿਹੜਾ ਹੈਗਾ ਵਾ ਉਹਦੇ ਨਾਲ ਬੰਬੇ ਦੇ ਵਿੱਚ ਜਿਹੜੀ ਹੈਗੀ ਆ ਸਤਸਰੀ ਅਕਾਲ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਹੈਗਾ ਵਾ ਉਸ ਅਵਾਰਡ ਦੇ ਨਾਲ ਜਿਹੜਾ ਹੈਗਾ ਮੈਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਪੰਜੀ ਕਿੰਨੀ ਕੋ ਖੁਸ਼ੀ ਹੁੰਦੀ ਹੈ ਜਦੋਂ ਸਟੇਜ ਤੇ ਜਾਂਦੇ ਹੋ ਸਨਮਾਨਿਤ ਕੀਤਾ ਜਾਂਦਾ ਐਪਰੀਸ਼ੀਏਟ ਕੀਤਾ ਜਾਂਦਾ ਜਿਹੜੇ ਲੋਕ ਸੇਵਾ ਕਰਦੇ ਹੈਗੇ ਆ ਉਹਨਾਂ ਨੂੰ ਅਵਾਰਡ ਮਿਲੇ ਜਾਂ ਨਾ ਮਿਲੇ ਇਹਨਾਂ ਚੀਜ਼ਾਂ ਦੇ ਨਾਲ ਨਾ ਤਾਂ ਕੋਈ ਫਰਕ ਪੈਂਦਾ ਹੈ ਨਾ ਹੀ ਕੋਈ ਫਰਕ ਪੈਣਾ ਚਾਹੀਦਾ ਹੈਗਾ ਵਾ ਕਿਉਂਕਿ ਜਿਹੜੇ ਲੋਕ ਸੇਵਾ ਕਰਦੇ ਆ ਉਹ ਇਹਨਾਂ ਚੀਜ਼ਾਂ ਦੇ ਮਹਤਾਜ ਨਹੀਂ ਹੋ ਕੇ ਚੱਲਦੇ ਹੈਗੇ ਤਾਂ ਮੈਨੂੰ ਵੀ ਇਹਨਾਂ ਚੀਜ਼ਾਂ ਦੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਕਿ ਕੋਈ ਅਵਾਰਡ ਮਿਲਿਆ ਹੈ ਜਾਂ ਨਹੀਂ ਮਿਲਿਆ ਫਿਰ ਵੀ ਕੁੱਲ ਮਿਲਾ ਕੇ ਖੁਸ਼ੀ ਤਾਂ ਹੁੰਦੀ ਹੈਗੀ ਜਦੋਂ ਤੁਹਾਨੂੰ ਮਾਨ ਸਨਮਾਨ ਮਿਲਦਾ ਹੈ ਪੰਜ ਜੇਕਰ ਇਥੇ ਕਿਸੇ ਲੜਕੀ ਨੇ ਆਉਣਾ ਹੋਵੇ ਕਿਸੇ ਬੇਟੀ ਨੇ ਆਉਣਾ ਹੋਵੇ ਤਾਂ ਫਿਰ ਕੀ ਵੇ ਕੀ ਆ ਰਸਤਾ ਕੀ ਇਹ ਕੀ ਪ੍ਰਤੀਕਿਰਿਆ ਇਸ ਦੀ ਹਾਂ ਬਿਲਕੁਲ ਜੀ ਜਦੋਂ ਸਾਡੇ ਸੀਟਾਂ ਖਾਲੀ ਹੁੰਦੀਆਂ ਨੇ ਜਨਵਰੀ ਫਰਵਰੀ ਦੇ ਵਿੱਚ ਨਵਾਂ ਸੈਸ਼ਨ ਸਟਾਰਟ ਹੁੰਦਾ ਹੈਗਾ ਤੇ ਉਦੋਂ ਅਸੀਂ ਸਭ ਨੂੰ ਖੁੱਲਾ ਸੱਦਾ ਦਿੰਨੇ ਆ ਕਿਉਂਕਿ ਇਹ ਕਈ ਵਾਰੀ ਫਿਰ ਵੀ ਬਹੁਤ ਸਾਰੇ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਜਦੋਂ ਐਡਮਿਸ਼ਨ ਓਪਨ ਹੋਈ ਤੇ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਬਿਲਕੁਲ ਓਪਨਲੀ ਉਹ ਸਾਰੇ মিডিਆ ਦੇ ਥਰੂ ਜਿਹੜਾ ਹੈਗਾ ਵਾ ਅਸੀਂ ਉਹਨੂੰ ਹਾਈਲਾਈਟ ਕਰਦੇ ਹੈਗੇ ਆਂ ਔਰ ਬੱਚਿਆਂ ਦਾ ਜਿਹੜਾ ਉਹ ਟੈਸਟ ਲਿਆ ਜਾਂਦਾ ਹੈਗਾ ਵਾ ਜਿਹੜੀਆਂ ਵੀ ਜਿੰਨੀਆਂ ਸਾਡੇ ਕੋਲ ਸੀਟਾਂ ਖਾਲੀ ਹੁੰਦੀਆਂ ਨਿਗੀਆਂ ਅਤੇ ਉਸ ਅਨੁਸਾਰ ਅਸੀਂ ਬੱਚਿਆਂ ਦੇ ਡਾਕੂਮੈਂਟ ਚੈੱਕ ਕਰਕੇ ਉਹਨਾਂ ਦਾ ਟੈਸਟ ਜਿਹੜਾ ਉਸ ਪ੍ਰਕਿਰਿਆ ਵਿੱਚੋਂ ਲੰਘ ਕੇ ਜਿਹੜੀਆਂ ਬੱਚੀਆਂ ਸਫਲ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਦਾਖਲਾ ਦੇ ਦਿੰਨੇ ਆ ਤਾਂ ਪੰਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਸੀਂ ਇਹ ਬਿਲਡਿੰਗ ਤੁਹਾਡੀ ਦੇਖ ਰਹੇ ਹਾਂ ਇੰਸਟੀਚਿਊਟ ਇਸ ਨੂੰ ਵੱਡਾ ਵੀ ਕੀਤਾ ਜਾ ਸਕਦਾ ਬਿਲਕੁਲ ਜੀ ਮਨ ਦੀ ਖਾਇਸ਼ ਤਾਂ ਇਹੀ ਹੈ ਕਿ ਜਿਵੇਂ ਵੀ ਸੰਗਤਾਂ ਸਹਿਯੋਗ ਦੇਵਣ ਤਾਂ ਇਸ ਸੰਸਥਾ ਦਾ ਜਿਹੜਾ ਵਿਸਥਾਰ ਹੈ ਬਹੁਤ ਵੱਡੇ ਪੱਧਰ ਤੇ ਕਰਨ ਬਾਰੇ ਮੈਂ ਸੋਚਦੀ ਹੈਗੀ ਆ ਕਿਉਂਕਿ ਫਿਲਹਾਲ ਜਿਹੜੀਆਂ ਬੱਚੀਆਂ ਦੇ ਪੜਾਈਆਂ ਦੇ ਖਰਚੇ ਨੇਗੇ ਪਲੱਸ 2 ਤੋਂ ਬਾਅਦ ਜਿਹੜੇ ਖਰਚੇ ਨੇਗੇ ਉਹ ਕੱਲੀ-ਕੱਲੀ ਬੱਚੀ ਤੇ 5 ਲੱਖ 10 ਲੱਖ 7 ਲੱਖ 6 ਲੱਖ ਜਿਹੜਾ ਤੁਹਾਨੂੰ ਪਤਾ ਕੀ ਬਹੁਤ ਜ਼ਿਆਦੇ ਖਰਚੇ ਨੇਗੇ ਪੜਾਈਆਂ ਦੇ ਔਰ ਉਹ ਜਿਹੜੇ ਬੱਚਿਆਂ ਦੇ ਜਿਹੜੇ ਖਰਚੇ ਉਹ ਸੰਸਥਾ ਵੱਲੋਂ ਚੱਲ ਰਹੇ ਨੇਗੇ ਪਰ ਇਸ ਸੰਸਥਾ ਨੂੰ ਬੇਹੱਦ ਆਪ ਸਾਬ ਸੰਗਤਾਂ ਦੇ ਸਹਿਯੋਗ ਦੀ ਜ਼ਰੂਰਤ ਹੈਗੀ ਆ ਕਿਉਂਕਿ ਇਸ ਦਾ ਬਹੁਤ ਵੱਡਾ ਵਿਸਥਾਰ ਕਰਕੇ ਔਰ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਮੈਂ ਚਾਹੁੰਨੀ ਆ ਕਿ ਬੱਚੀਆਂ ਇੱਥੇ ਦਾਖਲਾ ਲੈ ਕੇ ਆਪਣੀ ਜ਼ਿੰਦਗੀ ਵਿੱਚ ਉਹ ਸਫਲ ਹੋਣ ਔਰ ਇੱਕ ਵਧੀਆ ਜਿਹੜੀ ਆ ਖੁਸ਼ਹਾਲ ਜ਼ਿੰਦਗੀ ਜਿਹੜੀ ਉਹ ਜੀਣ ਔਰ ਬੱਚੇ ਸਾਡੀ ਕੌਮ ਦਾ ਭਵਿੱਖ ਹੁੰਦੇ ਨੇ ਤੇ ਮੈਂ ਚਾਹੁੰਨੀ ਆ ਕਿ ਇਹ ਸੰਸਥਾ ਦੇ ਰਾਹੀਂ ਜਿਹੜਾ ਹੈਗਾ ਇਹ ਕੌਮ ਦੇ ਭਵਿੱਖ ਨੂੰ ਸਵਾਰਿਆ ਜਾਵੇ ਤਾਂ ਪੈਂ ਜੀ ਜਿਸ ਤਰ੍ਹਾਂ ਤੁਸੀਂ ਅੱਗੇ ਲੱਖ ਰੁਪਈਆ ਫੀਸ ਜਿਹੜੀ ਆ ਉਹ ਤੁਹਾਨੂੰ ਪੇ ਕਰਨੀ ਪੈਂਦੀ ਆ ਤਾਂ ਜਦੋਂ ਤੁਸੀਂ ਸਕੂਲ ਜਾਂ ਇੰਸਟੀਚਿਊਟ ਵਿੱਚ ਜਾਂਦੇ ਹੋ ਹਾਇਰ ਸਟੱਡੀ ਦੇ ਲਈ ਤਾਂ ਫਿਰ ਉੱਥੇ ਜਾ ਕੇ ਜਦੋਂ ਤੁਸੀਂ ਦੱਸਦੇ ਹੋ ਤਾਂ ਫਿਰ ਕੋਈ ਡਿਸਕਾਊਂਟ ਵਗੈਰਾ ਵੀ ਕਰਦੇ ਨੇ ਅ ਨਹੀਂ ਜੀ ਬਿਲਕੁਲ ਵੀ ਨਹੀਂ ਡਿਸਕਾਊਂਟ ਜੇ ਕਿਸੇ ਬੱਚੇ ਦੀ ਲੱਖ ਰੁਪਿਆ ਫੀਸ 1 ਲੱਖ ਰੁਪਿਆ ਫੀਸ ਹੈਗੀ ਆ ਤੇ ਕੋਈ 5000 10000 ਜਿਹੜਾ ਹੈਗਾ ਵਾ ਉਹ ਜੇ ਕੋਈ ਲੈਸ ਵੀ ਕਰ ਦੇਵੇ ਤੇ ਮੇਰੇ ਹਿਸਾਬ ਨਾਲ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਤੇ ਪਰ ਹੁਣ ਮੈਂ ਇੱਕ ਕਹਿਣਾ ਚਾਹੁੰਦੀ ਆ ਕਿ ਜਿਹੜੇ ਸਾਡੇ ਮੰਤਰੀ ਨੇ ਸਰਦਾਰ ਇੰਦਰਬੀਰ ਸਿੰਘ ਜੀ ਡਾਕਟਰ ਨਿਜਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕੀ ਸ੍ਰੀ ਗੁਰੂ ਹਰਕਿਸ਼ਨ ਸਕੂਲ ਵਿੱਚ ਜਿਹੜੀਆਂ ਮੇਰੀਆਂ ਬੱਚੀਆਂ ਕਈ ਸਾਲਾਂ ਤੋਂ ਪੜ੍ਹ ਰਹੀਆਂ ਸਨ ਔਰ ਬਿਲਕੁਲ ਇਹਨਾਂ ਬੱਚੀਆਂ ਦੀ ਜਿਹੜੀ ਫੀਸ ਹੈਗੀ ਬਿਲਕੁਲ ਸਾਨੂੰ ਡਿਸਕਾਊਂਟ ਨਹੀਂ ਸੀ ਕੀਤਾ ਜਾਂਦਾ ਇੱਥੋਂ ਤੱਕ ਕੀਤਾ ਜਾਂਦਾ ਸੀ ਸਕੂਲ ਦੀ ਮੈਨੇਜਮੈਂਟ ਵੱਲੋਂ ਕਿ ਅਗਰ ਸਾਡੀ ਬੱਚੀਆਂ ਦੀ ਫੀਸ ਲੇਟ ਹੋ ਜਾਂਦੀ ਸੀਗੀ ਤੇ ਇੱਕ 50 ਰੁਪਏ ਡੇਲੀ ਦਾ ਜਿਹੜਾ ਫਾਈਨ ਸੀਗਾ ਉਹ ਸਾਨੂੰ ਪਾ ਦਿੱਤਾ ਜਾਂਦਾ ਸੀ ਜਿਵੇਂ ਕਿ ਆਮ ਬੱਚਿਆਂ ਨੂੰ ਪਾਇਆ ਜਾਂਦਾ ਸੀਗਾ ਔਰ ਮੈਂ ਹੁਣ ਡਾਕਟਰ ਨਿੱਜਰ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹ ਸਾਡੇ ਇੰਸਟੀਚਿਊਟ ਵਿੱਚ ਆਏ ਸੀ ਮਿਆਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਹੁਣ ਤੁਸੀਂ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਬਣੇ ਜਗੇ ਔਰ ਮੇਰੀਆਂ ਕੁਝ ਬੱਚੀਆਂ ਜਿਹੜੀਆਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਪੜ ਰਹੀਆਂ ਹਨ ਤੇ ਮੈਂ ਚਾਹੁੰਦੀ ਆ ਕਿ ਉਹਨਾਂ ਬੱਚੀਆਂ ਦੀ ਫੀਸ ਮਾਫ ਕਰ ਦਿੱਤੀ ਜਾਵੇ ਔਰ ਸਿਰਫ ਇੱਕ ਵਾਰੀ ਕਹਿਣ ਦੇ ਬਾਵਜੂਦ ਉਹਨਾਂ ਨੇ ਮੇਰੀਆਂ ਜਿੰਨੀਆਂ ਵੀ ਬੱਚੀਆਂ ਪੜ ਰਹੀਆਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਟੋਟਲ ਉਹਨਾਂ ਬੱਚੀਆਂ ਦੀ ਜਿਹੜੀ ਫੀਸ ਹੈਗੀ ਉਹ ਮਾਫ ਕਰ ਦਿੱਤੀ ਗਈ ਆ ਇਸ ਤੋਂ ਇਲਾਵਾ ਹੋਰ ਕਿਸੇ ਵੀ ਸੰਸਥਾ ਨੇ ਕਿਸੇ ਵੀ ਸਕੂਲ ਜਾਂ ਕਾਲਜ ਨੇ ਸਾਨੂੰ ਬਿਲ ਕੁੱਲ ਕੋਈ ਵੀ ਰੀਲੀਫ ਨਹੀਂ ਦਿੱਤੀ ਫੀਸਾਂ ਪ੍ਰੋਪਰ ਲਈਆਂ ਜਾਂਦੀਆਂ ਰੀਆਂ ਸਾਡੇ ਤੋਂ ਹਾਂ ਜੀ ਅਖੀਰਲਾ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਦੱਸ ਸਕਦੇ ਤੁਸੀਂ ਲੱਖਾਂ ਰੁਪਏ ਜਿਹੜੇ ਨੇ ਉਹ ਫੀਸਾਂ ਦੇ ਰੂਪ ਦੇ ਵਿੱਚ ਅਦਾ ਕਰ ਰਹੇ ਹੋ ਤਾਂ ਜਦੋਂ ਤੁਸੀਂ ਇਹ ਸੰਸਥਾ ਸ਼ੁਰੂ ਕੀਤੀ ਤਾਂ ਅਕਸਰ ਹੀ ਦੇਖਦੇ ਹਾਂ ਕਿ ਜੋ ਲੋਕ ਐਨ ਜੀਓ ਚਲਾਉਂਦੇ ਨੇ ਸੰਸਥਾਵਾਂ ਚਲਾਉਂਦੇ ਨੇ ਕਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਦੀ ਐਡਮਿਸ਼ਨ ਕਰਾਉਂਦੇ ਆ ਤਾਂ ਤੁਸੀਂ ਫਿਰ ਇਹ ਕਿਸ ਤਰ੍ਹਾਂ ਤੁਹਾਡੇ ਮੰਦੇ ਵਿੱਚ ਕਿਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਕਿ ਮੈਂ ਇਹਨਾਂ ਨੂੰ ਇੱਕ ਵਧੀਆ ਇੰਸਟੀਚਿਊਟ ਵਧੀਆ ਕਾਲਜ ਵਧੀਆ ਸਕੂਲ ਦੇ ਵਿੱਚ ਇਹਨਾਂ ਬੱਚੇ ਦੀ ਐਡਮਿਸ਼ਨ ਕਰਾਵਾਂ ਅ ਬਿਲਕੁਲ ਜੀ ਸਰਕਾਰੀ ਸਕੂਲਾਂ ਦੀ ਜਿਹੜੀ ਹਾਲਤ ਬਣ ਚੁੱਕੀ ਹੈਗੀ ਆ ਅ ਉਹਨਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਤੇ ਤੁਹਾਨੂੰ ਪਤਾ ਹੀ ਹੈਗਾ ਕਿ ਕੀ ਹਾਲਤ ਹੈਗੀ ਆ ਔਰ 96 97 ਦੇ ਵਿੱਚ ਜਦੋਂ ਸੰਸਥਾ ਨੂੰ ਸ਼ੁਰੂਆਤ ਕੀਤਾ ਸੀਗਾ ਤੇ ਸਾਡੇ ਸਾਹਮਣੇ ਸਰਕਾਰੀ ਸਕੂਲ ਸੀਗਾ ਜਿੱਥੇ ਇੱਕ ਪਾਣੀ ਦਾ ਹਮੇਸ਼ਾ ਛੱਪੜ ਲੱਗਾ ਰਹਿੰਦਾ ਸੀਗਾ ਜਦੋਂ ਬਾਰਿਸ਼ ਹੋ ਜਾਂਦੀ ਸੀ ਪੂਰਾ ਸਕੂਲ ਪਾਣੀ ਦੇ ਨਾਲ ਭਰ ਜਾਂਦਾ ਸੀਗਾ ਆਪ ਸਾਰੇ ਜਾਣਦੇ ਹੋਗੇ ਗਰੀਬ ਤੋਂ ਗਰੀਬ ਬੰਦਾ ਵੀ ਜਿਹੜਾ ਚਾਹੁੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਵਿੱਚ ਐਜੂਕੇਸ਼ਨ ਦੇਵਾਂ ਔਰ ਹੁਣ ਖੈਰ ਬੇਸ਼ੱਕ ਥੋੜੀ ਬਹੁਤੀ ਹਾਲਤ ਜਿਹੜੀ ਸਰਕਾਰੀ ਸਕੂਲਾਂ ਦੀ ਸੁਧਰ ਚੁੱਕੀ ਆ ਪਰ ਫਿਰ ਵੀ ਇੰਨੀ ਜਿਆਦਾ ਇੰਨਾ ਜਿਆਦਾ ਸੁਧਾਰ ਨਹੀਂ ਹੋਇਆ ਕਿ ਇੱਕ ਟੀਚਰ ਜਿਹੜਾ 5 5 6 6 ਕਲਾਸਾਂ ਨੂੰ ਜਿਹੜਾ ਉਹ ਸੰਭਾਲ ਰਿਹਾ ਹੈਗਾ ਵਾ ਨਵੇਂ ਟੀਚਰ ਭਰਤੀ ਨਹੀਂ ਕੀਤੇ ਜਾ ਰਹੇ ਬੇਰੁਜ਼ਗਾਰੀ ਜਿਹੜੀ ਉਹ ਵੱਧ ਰਹੀ ਹੈਗੀ ਆ ਪਰ ਸਰਕਾਰੀ ਜੋਬਾਂ ਜਿਹੜੀਆਂ ਨਿਗੀਆਂ ਉਹ ਬਿਲਕੁਲ ਨਹੀਂ ਸਰਕਾਰ ਜਿਹੜੀ ਹੈਗੀ ਉਹਨਾਂ ਭਰਤੀ ਕੀਤੇ ਜਾ ਰਹੇ ਤਾਂ ਮੇਰੀ ਮੰਨ ਦੀ ਇਹੀ ਸੋਚ ਹੈ ਸੋਚ ਹੈਗੀ ਆ ਕਿ ਮੈਂ ਇਨਾਂ ਬੱਚੀਆਂ ਨੂੰ ਆਪਣੀਆਂ ਬੱਚੀਆਂ ਦੀ ਤਰ੍ਹਾਂ ਹੀ ਸਮਝਦੀ ਆ ਜਿਵੇਂ ਹਰ ਮਾਂ ਬਾਬ ਚਾਹੁੰਦਾ ਹੈ ਕਿ ਉਹ ਵਧੀਆ ਤੋਂ ਵਧੀਆ ਸਕੂਲਾਂ ਵਿੱਚ ਆਪਣੀਆਂ ਬੱਚਿਆਂ ਨੂੰ ਪੜਾ ਕੇ ਕਾਮਯਾਬ ਕਰੇ ਇਹੀ ਸੁਪਨਾ ਮੇਰਾ ਹੁੰਦਾ ਕਿ ਮੈਂ ਇਨਾਂ ਬੱਚਿਆਂ ਨੂੰ ਵਧੀਆ ਤੋਂ ਵਧੀਆ ਟੌਪ ਕਲਾਸ ਸਕੂਲਾਂ ਦੇ ਵਿੱਚ ਪੜਾ ਕੇ ਜ਼ਿੰਦਗੀ ਵਿੱਚ ਕਾਮਯਾਬ ਕਰਾਂ ਸੋ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ